वोट डालने के लिए सबसे पहले कैम्ब क्रिएशन चैनल को सब्सक्राइब कीजिए, उसके बाद साथ लगे बेल आइकन को प्रेस कीजिए ताकि आपको सारी नोटिफिकेशन आ सके। फिर इस वीडियो को लाइक और कमेंट जरूर कीजिए, लेकिन एक से ज्यादा कमेंट ना कीजिए नहीं तो आपकी वोट कैंसिल हो जाएगी। बाकी कंटेस्टेंट्स की वीडियो को डिसलाइक कीजिए ताकि उनकी हाफ वोट कट जाए। एक से ज्यादा कमेंट करेंगे तो आपकी वोट काउंट नहीं होगी, फेक वोटिंग होने पे कंटेस्टेंट को डिस्क्वालीफाई कर दिया जाएगा। ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਪਿੰਕੀ ਬਦਨ ਹੈ ਅਤੇ ਮੈਂ ਜਲੰਧਰ ਸ਼ਹਿਰ ਤੋਂ ਬਿਲੋਂਗ ਕਰਦੀ ਹਾਂ ਅਤੇ ਅੱਜ ਮੈਂ ਕੈਮਜ ਕ੍ਰੀਏਸ਼ਨ ਆਵਾਜ਼-ਏ-ਪੰਜਾਬ ਵਿੱਚ ਹਿੱਸਾ ਲੈਣ ਜਾ ਰਹੀ ਹਾਂ ਅਤੇ ਤੁਸੀਂ ਮੈਨੂੰ ਵੱਧ ਚੜ੍ਹ ਕੇ ਵੋਟ ਕਰਨੀ ਹੈਗੀ ਆ। ਧੰਨਵਾਦ, ਥੈਂਕ ਯੂ। ਮੇਰੀ ਹੋਬੀਸ ਹੈਗੀ ਆ, ਮੈਨੂੰ ਸਿੰਗਿੰਗ ਕਰਨਾ ਪਸੰਦ ਹੈ, ਪੇਂਟਿੰਗ ਕਰਨਾ ਪਸੰਦ ਹੈਗਾ ਵੈ ਅਤੇ ਘੁੰਮਣਾ ਫਿਰਨਾ ਵੀ ਵਧੀਆ ਲੱਗਦਾ ਵੈ, ਬਟ ਜਿੱਥੇ ਫੈਮਿਲੀ ਨਾ ਹੋਏ ਜ਼ਿਆਦਾਤਰ ਫਰੈਂਡਸ ਦੇ ਨਾਲ ਘੁੰਮਣਾ ਪਸੰਦ ਕਰਦੇ ਕਿਉਂਕਿ ਫਰੈਂਡਸ ਮੈਨੂੰ ਅੱਛੀ ਤਰ੍ਹਾਂ ਜਾਣਦੇ ਹੈਗੇ ਆ। ਫੈਮਿਲੀ ਨੂੰ ਫੈਮਿਲੀ ਦੇ ਵਿੱਚ ਜ਼ਿਆਦਾ ਮੈਂ ਨਹੀਂ ਰਹਿਣਾ ਪਸੰਦ ਕਰਦੀ ਕਿਉਂਕਿ ਫੈਮਿਲੀ ਦੇ ਵਿੱਚ ਕੋਈ ਹੁੰਦਾ ਨਹੀਂ, ਘਰ ਕੋਈ ਹੁੰਦਾ ਨਹੀਂ, ਸਾਰੇ ਇੱਥੇ ਜੋਬ ਕਰਦੇ ਹੈਗੇ ਆ ਅਤੇ ਜ਼ਿਆਦਾਤਰ ਫਿਰ ਮੈਂ ਫਰੈਂਡਸ ਨਾਲ ਰਹਿੰਦੀ ਹਾਂ, ਉਹਨਾਂ ਨਾਲ ਟਾਈਮ ਸਪੈਂਡ ਕਰਦੀ ਹਾਂ ਅਤੇ ਦਿਨ ਅੱਛਾ ਲੰਘ ਜਾਂਦਾ। ਫਰੈਂਡਸ ਮੇਰੇ ਕਾਫ਼ੀ ਹੈਗੇ ਆ, ਜਿੱਦਾਂ ਵਟਸਐਪ 'ਤੇ ਮੈਂ ਉਹਨਾਂ ਨਾਲ ਗੱਲਬਾਤ ਕਰਦੀ ਹੈਗੀ ਹਾਂ, ਜ਼ਿਆਦਾਤਰ ਉਹਨਾਂ ਨੂੰ ਮੇਰੇ ਬਾਰੇ ਸਭ ਪਤਾ ਹੁੰਦਾ ਹੈਗਾ ਵਾ ਅਤੇ ਉਹਨਾਂ ਨੂੰ ਪਤਾ ਹੈਗਾ ਕਿ ਮੈਂ ਕਿੱਥੇ ਜਾਣਾ ਜ਼ਿਆਦਾ ਪਸੰਦ ਕਰਦੀ ਹਾਂ ਅਤੇ ਜ਼ਿਆਦਾ ਮਤਲਬ ਮੂਵੀ ਵਗੈਰਾ ਦੇਖਣਾ ਆਪਾਂ ਜਾਂਦੇ ਹੈਗੇ ਹਾਂ। ਫੈਮਿਲੀ ਦੇ ਵਿੱਚ ਮੇਰੇ ਹੈਗੇ ਪਾਪਾ, ਸਿਸਟਰ ਐਂਡ ਬ੍ਰਦਰ ਅਤੇ ਮੇਰਾ ਇੱਕ ਛੋਟਾ ਜਿਹਾ ਡੌਗੀ ਵੀ ਹੈਗਾ ਵਾ। ਅਤੇ ਪਾਪਾ ਮੇਰੇ ਘਰ ਦੇ ਹੈਗੇ ਆ, ਮੇਰੇ ਟੇਲਰ ਹੈਗੇ ਆ ਉਹ, ਅਤੇ ਬ੍ਰਦਰ ਦੀ ਆਪਣੀ ਸ਼ੌਪ ਹੈਗੀ ਆ ਅਤੇ ਸਿਸਟਰ ਮੇਰੇ ਜੋਬ ਕਰਦੇ ਹੈਗੇ ਆ। ਖਾਣ ਦੇ ਵਿੱਚ ਜ਼ਿਆਦਾਤਰ ਮੈਨੂੰ ਫਾਸਟ ਫੂਡ ਪਸੰਦ ਹੈ ਕਿ ਘਰ ਦਾ ਖਾਣਾ ਵੀ ਜ਼ਿਆਦਾਤਰ ਪਸੰਦ ਹੈ ਕਿ ਜੇ ਮੈਂ ਖੁਦ ਬਣਾਇਆ ਹੋਵੇ ਇਸ ਤਾਂ, ਕਿਉਂਕਿ ਉਹਦੇ ਵਿੱਚ ਘੀ ਦਾ ਜ਼ਿਆਦਾ ਹੁੰਦਾ, ਆਇਲੀ ਜ਼ਿਆਦਾ ਪਸੰਦ ਕਰਦੀ ਆ। ਆਵਾਜ਼ ਏ ਪੰਜਾਬ ਦਾ ਖਿਤਾਬ ਮੈਂ ਇਸ ਲਈ ਜਿੱਤਣਾ ਚਾਹੁੰਦੀ ਹਾਂ ਕਿਉਂਕਿ ਮੈਂ ਆਪਣੀ ਲਾਈਫ ਦੇ ਵਿੱਚ ਇੱਕ ਬਹੁਤ ਵਧੀਆ ਸਿੰਗਰ ਬਣਨਾ ਚਾਹੁੰਦੀ ਹਾਂ ਕਿ ਕਿਉਂਕਿ ਮੈਨੂੰ ਲੱਗਦਾ ਵਾ ਕਿ ਜਿਹੜੀ ਹੈਗੀ ਆ ਆਪਣੀ ਸਿੰਗਿੰਗ ਹੈਗੀ ਆ, ਜਿੱਦਾਂ ਮਿਊਜ਼ਿਕ ਹੈਗਾ ਆਪਣਾ, ਇਹਨੂੰ ਸੁਣ ਕੇ ਆਪਾਂ ਨੂੰ ਇੱਕ ਅਲੱਗ ਹੀ ਦੁਨੀਆ ਦੇ ਵਿੱਚ ਆਪਾਂ ਚੱਲ ਜਾਂਦੇ ਹੈਗੇ ਜੇ ਇਹਨੂੰ ਆਪਾਂ ਫੀਲ ਕਰਕੇ ਸੁਣੀਏ ਤਾਂ, ਕਿ ਅੱਜ ਕੱਲ੍ਹ ਦੇ ਵੀ ਗਾਣੇ ਹੈਗੇ ਆ ਆਪਾਂ ਉਹਨਾਂ ਨੂੰ ਸੁਣਦੇ ਹਾਂ ਬਸ ਉਹ ਤਾਂ ਇੱਦਾਂ ਹੀ ਹੈਗਾ ਵਾ, ਹੱਸ ਲਿਆ ਖੇਡ ਲਿਆ ਜਿਹੜੇ ਆਪਾਂ ਸੁਣਦੇ ਹੈਗੇ ਗਾਣੇ, ਜਿੱਦਾਂ ਹੁਣ ਆਪਾਂ ਰਾਤ ਨੂੰ ਅਗਰ ਆਪਾਂ ਸੁਣਦੇ ਹਾਂ ਨੀਂਦ ਨਹੀਂ ਆਉਂਦੀ ਆ ਤਾਂ ਆਪਾਂ ਹੈੱਡਫੋਨ ਗਾ ਕੇ ਧੀਵੇਂ ਧੀਵੇਂ ਗਾਣੇ ਸੁਣੀਏ ਤਾਂ ਬਹੁਤ ਅੱਛੇ ਲੱਗਦੇ ਤਾਂ ਬਹੁਤ ਵਧੀਆ ਨੀਂਦ ਆਉਂਦੀ ਆ। ਮੇਰੇ ਪਿੰਡ ਦੇ ਗੇੜੇ ਮਾਰਦਾ ਹੋਆ ਉਹ ਮੁੰਡਾ ਕਈਆਂ ਚਿਰਾਂ ਤੋਂ ਫਿਰਦਾ ਨੀ, ਮੇਰੇ ਪਿੰਡ ਦੇ ਗੇੜੇ ਮਾਰਦਾ ਹੋਆ ਉਹ ਮੁੰਡਾ ਕਈਆਂ ਚਿਰਾਂ ਤੋਂ ਫਿਰਦਾ ਨੀ, ਮੈਂ ਵੀ ਵੇਖਦੀ ਉਹਨੂੰ ਬੜੇ ਚਿਰਾਂ ਤੋਂ ਉਹ ਵੀ ਵੇਖਦਾ ਫਿਰਦਾ ਨੀ, ਮੇਰੇ ਪਿੰਡ ਦੇ ਗੇੜੇ ਮਾਰਦਾ ਉਹਦੇ ਕਰਕੇ ਪਾਉਂਦੀ ਆ ਸੂਟ ਫਿਟਿੰਗ
ਮੈਨੂੰ ਵੋਟ ਪਾ ਲਈ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਐਂਡ ਬੈਲ ਵਜਾਓ ਤੇ ਲਾਈਕ ਔਰ ਕਮੈਂਟ ਕਰੋ ਤੇ ਸ਼ੇਅਰ ਜ਼ਰੂਰ ਕਰੋ। ਜਦੋਂ ਤੁਸੀਂ ਮੈਨੂੰ ਵੀਡੀਓ ਤੇ ਲਾਈਕ ਕਰਨਾ ਹੈਗਾ ਵਾ ਤੇ ਉਦੋਂ ਤੁਸੀਂ ਮੇਰੇ ਨਾਲ ਵਾਲੇ ਕੰਪੀਟੀਟਰ ਦੀ ਵੀਡੀਓ ਜਿਹੜੀ ਹੈਗੀ ਆ ਉਹਨੂੰ ਡਿਸਲਾਈਕ ਕਰ ਸਕਦੇ ਹੋ, ਜਿਹਦੇ ਨਾਲ ਇਹ ਮੈਨੂੰ ਬੈਨੀਫਿਟ ਹੋਏਗਾ ਕਿ ਮੇਰੀ ਜਿਹੜੀ ਰੇਟਿੰਗ ਹੈਗੀ ਆ ਉਹ ਵੱਧ ਹੋ ਜਾਏਗੀ ਤੇ ਉਹਨਾਂ ਦੀ ਜਿਹੜੀ ਰੇਟਿੰਗ ਹੈਗੀ ਆ ਉਹ ਥੋੜ੍ਹੀ ਘੱਟ ਹੋ ਜਾਏਗੀ ਤੇ ਮੈਨੂੰ ਜ਼ਿਆਦਾ ਬੈਨੀਫਿਟ ਹੋਏਗਾ।